ਜਦੋਂ ਚਾਰ ਕੁੜੀਆਂ ਚਾਰ ਮੁੰਡੇ ਗਰੁੱਪ ਦੇ ਵਿੱਚ ਖੜੇ ਹੋਣ ਨਾ, ਚਾਰ ਮੁੰਡੇ ਇੱਥੇ ਖੜੇ ਆ, ਇੱਕ ਕੁੜੀ ਜਾ ਕੇ ਕਵੇ ਉਹਨਾਂ ਨੂੰ ਕਿ ਵੀਰੇ ਇੱਕ ਰਜਿਸਟਰ ਚਾਹੀਦਾ ਮਿਲ ਜਾਊਗਾ, ਤਾਂ ਤਿੰਨ ਮੁੰਡੇ ਨਾਲ ਕੀ ਉਹ ਜਾ ਯਾਰ ਤੈਨੂੰ ਭੈਣ ਕਹਿਤਾ ਤੈਨੂੰ ਭਰਾ ਕਹਿ ਗਈ, ਉਹ ਸ਼ਰਮ ਕਰ ਤੈਨੂੰ ਭਰਾ ਕਹਿਤਾ ਉਹਨੇ, ਹੁੰਦਾ ਕਿ ਨਹੀਂ ਹੁੰਦਾ, ਕਿਉਂਕਿ ਖੂਨ ਹੀ ਚਿੱਟੇ ਹੋ ਗਏ। ਸਾਨੂੰ ਭਰਾ ਭੈਣ ਦਾ ਰਿਸ਼ਤਾ ਛੋਟਾ ਲੱਗਦਾ, ਫਰੈਂਡਾਂ ਫਰੁੰਡਾਂ ਦੇ ਰਿਸ਼ਤੇ ਜ਼ਿਆਦਾ ਵੱਡੇ ਲੱਗਣ ਲੱਗ ਗਏ। ਹੁਣ ਤੁਸੀਂ ਇੱਕ ਗੱਲ ਦੱਸੋ, ਜਿੰਨਾ ਪਿਆਰ ਇੱਕ ਭੈਣ ਆਪਣੇ ਭਰਾ ਨੂੰ ਕਰਦੀ ਹੈ, ਜਾਂ ਇੱਕ ਭਰਾ ਆਪਣੀ ਭੈਣ ਨੂੰ ਕਰਦਾ, ਤੁਹਾਡੇ ਫਰੈਂਡ ਫਰੁੰਡ ਕਰ ਸਕਦੇ? ਫਿਰ ਭੈਣ ਬਣਾਉਣ ਨੂੰ ਡਰ ਕਿਉਂ ਲੱਗਦਾ? ਨੀਤਾਂ ਖਰਾਬ ਅੰਦਰੋਂ, ਦਿਮਾਗ ਸ਼ੈਤਾਨ ਕਾ ਘਰ ਹੁੰਦਾ ਨਾ। ਚਾਰ ਮੁੰਡੇ ਖੜੇ ਹੋਣ ਤਾਂ ਤਿੰਨ ਨਾਲ ਸ਼ੁਗਲ ਮੇਲੇ ਚ, ਜਾ ਯਾਰ ਤੈਨੂੰ ਭਰਾ ਕਹਿਤਾ ਉਹਨੇ, ਉਹ ਭਰਾ ਕਹਿਤਾ ਫਕਰ ਦੀ ਗੱਲ ਹੈ। ਮੇਰੀਆਂ 22,000 ਭੈਣਾਂ, ਕਿੰਨੇ ਫਕਰ ਨਾਲ ਜਾ ਕੇ ਹਰ ਜਗ੍ਹਾ ਸਮਾਨਾ ਮੈਂ, ਦੁਨੀਆਂ ਦੀ ਸਾਰੀ ਕੁੜੀਆਂ ਨਾਲ ਵਿਆਹ ਕਰਾਉਣਾ ਇੱਕ ਨਾਲ, ਪਰ ਤੁਸੀਂ ਭੈਣਾਂ ਬਣਾਉਣ ਦਾ ਡਰਦੇ ਹੋ। ਕਿਉਂ ਭੈਣੋ, ਸਹੀ ਗੱਲ ਹੈ ਨਾ, ਹੱਸਣ ਲੱਗ ਜਾਂਦੇ ਨਾ ਜਦੋਂ ਭੈਣ ਕਹਿੰਦੋ, ਫਿਰ ਕਹਿੰਦੇ ਜੀ ਕੁੜੀਆਂ